ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਮੌਸਮ ਦਾ ਹੋਇਆ ਅਲਰਟ ਜਾਰੀ ਆ ਜੇਨਾਂ ਤਾਵਾ ਤੇ ਭਾਰੀ ਮੀਂਹ ਤੇ ਝੱਖੜ ਦਾ ਖਤਰਾ ਆਈ ਵਜ੍ਹੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਨਾਲ ਹੀ ਜਿਨਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਇਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ ਤੁਸੀਂ ਉੱਥੇ ਜਾ ਕੇ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਮੌਸਮ ਦਾ ਉਤਾ ਹਾਚੜਾ ਜਾਰੀ ਹੈ ਤੇਜ਼ ਨਾਲ ਬਦਲ ਰਹੇ ਮੌਸਮ ਦੇ ਚਲਦਿਆਂ ਦੇਸ਼ ਦੇ ਕਈ ਇਲਾਕਿਆਂ 'ਚ ਮੀਂਹ ਦਾ ਲੜ ਜਾਰੀ ਹੈ। ਤਾਜ਼ਾ ਰਿਪੋਰਟ ਮੁਤਾਬਕ ਅਗਲੇ ਕੁਝ ਦਿਨ ਉੱਤਰਾਖੰਡ 'ਚ ਅੰਕਸ਼ ਬੱਦਲ ਛਾਈ ਰਹਿਣ ਦੇ ਨਾਲ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਕਿਸਾਨਾਂ ਦੇ ਸਾਹ ਸੁੱਕੇ ਹੋਣ ਕਿਉਂਕਿ ਫਸਲਾਂ ਪੱਕੀਆਂ ਹੋਈਆਂ ਹਨ। ਰਾਜਸਥਾਨੇ ਦਿੱਲੀ 'ਚ ਫਿਲਹਾਲ ਸਵੇਰੇ ਸ਼ਾਮ ਜੇ ਹਲਕੀ ਠੰਡਤਾ ਮਹਿਸੂਸ ਕੀਤੀ ਜਾ ਰਹੀ ਹੈ ਪਰ ਦਿਨ ਵੇਲੇ ਤਿੱਖੀ ਧੁੱਪ ਲੋਕਾਂ ਦੇ ਪਸੀਨੇ ਕੱਢ ਰਹੀ ਹੈ ਉੱਧਰ ਹਰਿਆਣਾ ਚੋ ਦੋ ਦਿਨ ਬੂੰਦਾਬੰਦੀ ਦੇ ਅਸਾਰ ਬਣ ਰਹੇ ਨੇ ਇਸ ਤੋਂ ਬਾਅਦ ਇੱਥੇ ਲੋਕਾਂ ਨੂੰ ਮੁਰਲੂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਧਰ ਪੰਜਾਬ ਦੇ ਸ਼ਹਿਰ ਜਲੰਧਰ ਚ ਅੱਜ ਦਿਨ ਪਰ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿੱਚ ਅੰਤਰ ਰਹੇਗਾ ਇਸ ਤੋਂ ਬਾਅਦ ਆਉਣ ਵਾਲੇ ਦਿਨ ਚ ਮੌਸਮ ਲਗਭਗ ਸਾਫ਼ ਰਹੇਗਾ ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਚ yellow alert ਜਾਰੀ ਰਹੇਗਾ ਹਿਮਾਚਲ ਪ੍ਰਦੇਸ਼ ਚ ਮੀਂਹ ਤੇ ਬਰਫਬਾਰੀ ਤੋਂ ਬਾਅਦ ਮੌਸਮ ਸੁਹਾਵਣਾ ਹੋ ਗਿਆ ਹੈ ਇੱਥੇ ਤਿੰਨ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਰਹੇਗਾ ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਕੁੱਲੂ ਸ਼ਿਮਲਾ ਤੇ ਸਿਰਮੌਰ ਚ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲਣ ਤੇ ਬਿਜਲੀ ਡਿੱਗਣ ਨੂੰ ਲੈ ਕੇ ਯੈਲੋ ਅਲਰਟ ਜਾਰੀ ਰਹੇਗਾ ਦਰਅਸਲ ਜੰਮੂ ਕਸ਼ਮੀਰ ਦੇ ਆਲੇ ਦੁਆਲੇ ਦੇ ਇਲਾਕਿਆਂ ਚ ਪੱਛਮੀ ਗੜਬੜੀ ਬਦੀ ਹੋਈ ਹੈ ਉੱਧਰ ਉੱਤਰੀ ਪੱਛਮੀ ਰਾਜਸਥਾਨ ਦਾ ਚੱਕਰਵਤੀ ਕੋਲਿਨੇਸ਼ਨ ਹੈ ਮੌਸਮ ਵਿਭਾਗ ਮੁਤਾਬਕ ਪੱਛਮੀ ਹਿਮਾਲਿਆ ਦੇ ਕਈ ਹਿੱਸਿਆਂ 'ਚ ਮੀਂਹ ਤੇ ਗਰਜ ਨਾਲ ਚਿੱਟਾ ਪੈਣ ਦਾ ਅਨੁਮਾਨ ਹੈ ਹਰਿਆਣਾ ਦੇ ਕੂਰੂ ਖੇਤਰ ਹਿਸਾਰ ਕਰਨਾਲ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਚੱਖੜ ਝੁੱਲਣ ਦੇ ਨਾਲ ਹਲਕਾ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਰਿਪੋਰਟ ਮੁਤਾਬਕ ਦਿੱਲੀ ਰਾਜਸਥਾਨੀ ਖੇਤਰ ਚ ਵੀ ਤੇਜ਼ੀ ਨਾਲ ਮੌਸਮ ਬਦਲ ਰਿਹਾ ਹੈ ਦਿੱਲੀ ਜਹਨੇਰੀ ਹਾ ਸਕਦੀ ਹੈ ਤੂੜ ਭਰੇ ਚੱਖੜ ਦੌਰਾਨ ਉੱਤਰ ਦੇ ਮੈਦਾਨੀ ਇਲਾਕੇ ਚ ਹਵਾ ਦੀ ਰਫਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਵੱਸ ਸਕਦੀ ਹੈ ਦੱਖਣ ਚ ਕੇਰਲ ਤਾਮਿਲਨਾਡੂ ਦੇ ਤੱਟੀ ਇਲਾਕਿਆਂ ਚ ਕਰਨਾਟਕ ਦੇ ਅੰਡੇਮਨ ਤੇ ਨਿਕੋਬਰ ਟਾਪੂਆਂ ਦੇ ਸਮੂਚ ਹਲਕੀ ਵਰਖਾ ਹੋ ਸਕਦੀ ਹੈ ਬਿਹਾਰ ਦੇ ਕਈ ਹਿੱਸਿਆਂ 'ਚ ਮੀਂਹ ਦਾ ਅਸਰ ਬਣ ਸਕਦਾ ਹੈ ਇੱਥੇ ਮੌਸਮ ਦਾ ਮિજાਜ ਇੱਕ ਵਾਰ ਫਿਰ ਤੋਂ ਤੇਜ਼ ਨਾਲ ਬਣੈਰਦਾ ਹੈ ਰਾਜਧਾਨੀ ਪਟਨਾਸ ਵਿੱਚ ਸੂਬੇ ਦੇ ਕਈ ਜ਼ਿਲ੍ਹਿਆਂ 'ਚ 9 April ਨੂੰ ਮੀਂਹ ਪੈ ਸਕਦਾ ਹੈ ਇਸ ਲਈ ਤਾਪਮਾਨ 'ਚ ਗਰਾਵਟ ਆ ਸਕਦੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ